ਜਦੋਂ ਅਸੀਂ ਇਹ ਬੀਜਣ ਲੱਗੇ ਹਾਂ ਜਿਹੜੇ ਦਿਨ ਬੀਜੀ ਸੀ ਤਾਂ ਮੈਨੂੰ ਘਰੋਂ ਬਹੁਤ ਸ਼ਾਬਾਸ਼ੇ ਮਿਲੀ ਸੀ ਵੀ ਤੂੰ ਆਹ ਨਵਾਂ ਪੰਗਾ ਖੜਾ ਕਰਤਾ ਕਣਕ ਤੋਂ ਰੱਖੇਗਾ ਠੀਕ ਹੈ ਰਜਮੀਆਂ ਗਾਲਾਂ ਮਿਲੀਆਂ ਸੀ ਪੰਜਾਬੀ ਚ ਠੀਕ ਹੈ ਤਾਂ ਚਲੋ ਮੈਂ ਕੰਨਾਂ ਚ ਕੌੜਾ ਤੇਲ ਪਾਇਆ ਵੀ ਇਹ ਤਾਂ ਚੱਲਣ ਤਾਂ ਦੇਖੀ ਜਾਊਗੀ ਨਹੀਂ ਤਾਂ ਨਾ ਤਾਂ ਪੱਕੀ ਹੈ ਜੇ ਹੋਊਗੀ ਤਾਂ ਬੱਲੇ ਬੱਲੇ ਹੈ ਠੀਕ ਹੈ ਜੀ ਤੇ ਐਤਕੀ ਕਣਕ ਬੀਜਣ ਦੀ ਹਜੇ ਮਤਲਬ ਕਿ ਗੱਲਬਾਤ ਹੀ ਚੱਲ ਰਹੀ ਸੀ ਤੇ ਮੈਨੂੰ ਫਾਦਰ ਸਾਹਿਬ ਕਹਿੰਦੇ ਫਿਰ ਐਤਕੀ ਕਿਵੇਂ ਕਰਨਾ ਮੈਂ ਕਿਹਾ ਵੀ ਜਿਵੇਂ ਪਿਛਲੇ ਕਿਹੜੇ ਬੀਜੀ ਸੀ ਆਪਾਂ ਬੀਜਾਂਗੇ ਤਾਂ ਉਵੇਂ ਤੁਸੀਂ ਤੇ ਤਜਰਬਾ ਕਰ ਲਿਆ ਥੋੜੇ ਥਾਂ ਚ ਪਿਛਲੀ ਵਾਰ 1 ਕਿੱਲਾ ਲਾਇਆ ਸੀ ਹਾਂਜੀ ਹਾਂਜੀ ਇਸ ਵਾਰ ਕਿੰਨੇ ਲਾਤਾ 3.5 ਕਿੱਲੇ 3.5 ਕਿੱਲੇ ਤੇ ਤੁਹਾਨੂੰ ਦੇਖ ਕੇ ਹੋਰ ਵੀਰਾਂ ਨੇ ਲਾ ਲਿਆ ਉਹਨਾਂ ਨੂੰ ਯਕੀਨ ਆ ਗਿਆ ਵੀ ਤੁਹਾਡੇ ਇਹਦਾ ਇੰਨਾ ਕੁ ਝਾੜ ਆ ਜਾਂਦਾ ਅਸੀਂ ਘਰੇ ਵੱਖਰੀ ਰੱਖੀ ਵੱਖਰੀ ਤੋਲੀ ਹੈ ਠੀਕ ਹੈ ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੇ ਨਾਲ ਸੰਬੰਧਿਤ ਵੀਡੀਓ ਤੁਸੀਂ ਦੇਖਦੇ ਰਹਿੰਦੇ ਹੋ ਫੇਸਬੁੱਕ ਤੇ ਵੀ ਯੂਟਿਊਬ ਤੇ ਵੀ ਜਿਹੜੇ ਵੀਰ ਨਵੇਂ ਆ ਉਹ ਲਾਈਕ ਜਾਂ ਸਬਸਕ੍ਰਾਈਬ ਕਰ ਲੈਣ ਪਰ ਖੇਤ ਦੇ ਵਿੱਚ ਖੜ ਕੇ ਹੀ ਗੱਲ ਕਰ ਰਹੇ ਹਾਂ ਜਿਹੜੇ ਖੇਤ ਬਾਰੇ ਗੱਲ ਕਰਾਂਗੇ ਇਹ ਪੰਜਾਬ ਦੇ ਬਾਰਡਰ ਦਾ ਖੇਤ ਆ ਜਿੱਥੇ ਕਿ ਇੱਕ ਦੂਸਰੀ ਸਾਈਡ ਹਰਿਆਣਾ ਸ਼ੁਰੂ ਹੋ ਜਾਂਦਾ ਅਤੇ ਪੰਜਾਬ ਦਾ ਆਖਰੀ ਖੇਤ ਆ ਪਿੰਡ ਹੈਗਾ ਕਿੱਲਿਆਂ ਵਾਲੀ ਅਤੇ ਨਾਲ ਮੇਰੇ ਇੱਕ ਫਾਰਮਰ ਵੀਰ ਹੈਗਾ ਉਹ ਆਪਣੇ ਬਾਰੇ ਵੀ ਦੱਸਣਗੇ ਆਪਣਾ ਤਜਰਬਾ ਪਿਛਲੀ ਵਾਰ ਦਾ ਵੀ ਸਾਂਝਾ ਕਰਨਗੇ ਕਿਉਂਕਿ ਤਜਰਬਾ ਉਦੋਂ ਪਰਪੱਕ ਹੁੰਦਾ ਜਾਂ ਤਜਰਬੇ ਦੇ ਵਿੱਚੋਂ ਉਦੋਂ ਕੋਈ ਮੁਨਾਫਾ ਹੁੰਦਾ ਜਦੋਂ ਆਪਾਂ ਉਹਨੂੰ ਥੋੜ੍ਹੀ ਜਗ੍ਹਾ 'ਚ ਕਰਕੇ ਬਣਾ ਲੈਂਦੇ ਹਾਂ ਸਾਂਭ ਲੈਂਦੇ ਹਾਂ ਉਸੇ ਤਰੀਕੇ ਦੇ ਨਾਲ ਹੀ ਇਸ ਵਾਰ ਇਹਨਾਂ ਨੇ ਏਰੀਆ ਵਧਾ ਲਿਆ ਮਲਚਿੰਗ ਵਾਲੀ ਕਣਕ ਆ ਬਾਸਮਤੀ ਝੋਨਾ ਵੱਢਣ ਤੋਂ ਬਾਅਦ ਬੀਜੀ ਗਈ ਆ ਅਤੇ ਪਿਛਲੀ ਵਾਰ ਕੀ ਝਾੜ ਆਇਆ ਸੀ ਕਿੰਨਾ ਬੀਜ ਪਾਇਆ ਸੀ ਕਿਹੜਾ ਝੋਨਾ ਸੀ ਅਤੇ ਇਸ ਵਾਰ ਇਹਨਾਂ ਨੇ ਏਰੀਆ ਵਧਾ ਲਿਆ ਇਹਨਾਂ ਨੂੰ ਦੇਖ ਕੇ ਕਈ ਵੀਰਾਂ ਨੇ ਹੋਰ ਲਾ ਲਈ ਇਹ ਕਣਕ ਕਿਉਂ ਲਾਈ ਕਣਕ ਉਹਨੇ ਕਿਉਂਕਿ ਇਹਨਾਂ ਦਾ ਹੌਸਲਾ ਵੱਧ ਗਿਆ ਪਿਛਲੀ ਵਾਰ ਦਾ ਝਾੜ ਦੇਖ ਕੇ ਝਾੜ ਆਪਾਂ ਨੂੰ ਪਤਾ ਆਪਣੇ ਏਰੀਆ ਮੁਤਾਬਕ 50 ਤੋਂ ਲੈ ਕੇ 70 ਤੱਕ ਫਾਰਮਰਾਂ ਦੇ ਖੇਤਾਂ ਦੇ ਵਿੱਚ ਝਾੜ ਹੋ ਜਾਂਦਾ ਪਰ ਇਹਨਾਂ ਦੇ ਖੇਤ ਵਿੱਚ ਕਿੰਨਾ ਹੋਇਆ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਵੀਡੀਓ ਵਿੱਚ ਜਾਣਾਂਗੇ ਅਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਹੋਰਾਂ ਨਾਲ ਸਾਂਝਾ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਆਪਣਾ ਨਾਮ ਅਤੇ ਪਿੰਡ ਮੇਰਾ ਨਾਮ ਗੁਰਪ੍ਰਕਾਸ਼ ਸਿੰਘ ਪਿੰਡ ਕਿੱਲਿਆਂ ਵਾਲੀ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਜੀ ਆਪਾਂ ਜਿਹੜਾ ਹੈਗਾ ਮਤਲਬ ਕਿ ਖੇਤ ਪੰਜਾਬ ਹਰਿਆਣੇ ਦੇ ਬਾਰਡਰ 'ਤੇ ਹੈ ਬਸ ਨਾਲ ਜਿਹੜਾ ਰਸਤਾ ਹੈਗਾ ਉਹ ਪੰਜਾਬ 'ਚ ਹੈ ਠੀਕ ਹੈ ਜੀ ਬਿਲਕੁਲ ਲਾਸਟ ਹੀ ਹੈ ਠੀਕ ਹੈ ਜੀ ਅਤੇ ਇਹ ਜਿਹੜਾ ਖੇਤ ਦੇ ਵਿੱਚ ਤੁਸੀਂ ਤਜਰਬਾ ਇਸ ਵਾਰ ਕਿੰਨੇ ਏਰੀਏ 'ਚ ਕਰ ਲਿਆ ਐਤਕੀ ਜਿਹੜਾ 3.5 ਏਕੜ ਬੀਜੀ ਜੀ ਲਾਸਟ ਈਅਰ ਜਿਹੜਾ ਆਪਣੇ ਕੋਲ 1 ਏਕੜ ਸੀ ਮਲਚਿੰਗ ਵਾਲੀ ਠੀਕ ਹੈ ਜੀ ਕਿਸਾਨ ਭਰਾਵੋ ਹੌਸਲਾ ਜਾਗ ਲਾ ਲੈਂਦਾ ਹੈ ਕਿਸੇ ਵੀ ਕੰਮ ਲਈ ਅਤੇ ਸਫਲਤਾ ਦੀ ਆਪਾਂ ਰਾਹ ਵੱਲ ਤੁਰਨ ਲੱਗਦੇ ਹਾਂ ਜਿਵੇਂ ਜਿਵੇਂ ਹੌਸਲਾ ਵੱਧਦਾ ਉਵੇਂ ਉਵੇਂ ਬੰਦੇ ਦੇ ਅੱਗੇ ਮੁਸ਼ਕਲਾਂ ਛੋਟੀਆਂ ਪੈਂਦੀਆਂ ਜਾਂਦੀਆਂ ਪਰ ਜਿਵੇਂ ਜਿਵੇਂ ਡਰ ਵੱਧਦਾ ਜਾਂਦਾ ਮਨ ਦੇ ਵਿੱਚ ਉਵੇਂ ਉਵੇਂ ਅਸਫਲਤਾ ਦੇ ਵੱਲ ਵੱਧਦਾ ਜਾਂਦਾ ਇਹ ਸਿਆਣਿਆਂ ਦੀ ਕਹਾਵਤ ਆ ਪਰ ਬਾਈ ਨੇ ਇਸ ਵਾਰ ਪਿਛਲੇ ਵਾਰ ਜਿਹੜਾ ਝਾੜ ਲਿਆ ਉਸ ਦੇ ਹੌਸਲੇ ਨੂੰ ਦੇਖ ਕੇ ਹੋਰ ਕਿਸਾਨਾਂ ਨੇ ਵੀ ਫਾਇਦਾ ਲੈ ਲਿਆ ਅਤੇ ਇਸ ਵਾਰ ਇਹਨਾਂ ਨੇ ਵੀ ਏਰੀਆ ਵਧਾ ਲਿਆ ਅਤੇ ਪਿਛਲੀ ਵਾਰ ਦਾ ਬਈ ਤਜਰਬਾ ਸਾਂਝਾ ਕਰੋ ਕੀ ਝਾੜ ਸੀ ਕਿਵੇਂ ਬੀਜੀ ਸੀ ਅਤੇ ਕੀ ਕਿਹੜਾ ਝੋਨਾ ਲਾਇਆ ਸੀ ਪਿਛਲੀ ਵਾਰੀ 1509 ਵਰਾਇਟੀ ਸੀ ਜੀ ਠੀਕ ਹੈ ਜੀ ਔਰ ਜਿਹੜਾ ਕਿ ਅਸੀਂ 10 ਨਵੰਬਰ ਨੂੰ ਕਣਕ ਬੀਜੀ ਸੀ 30-86 ਠੀਕ ਹੈ ਜੀ ਜਿਹਦਾ ਕਿ ਬੀ ਪਿਆ ਸੀ 55 ਕਿਲੋ ਠੀਕ ਹੈ ਜੀ ਛਿੱਟੇ ਦਾ ਜਦੋਂ ਅਸੀਂ ਛੱਟਾ ਮਾਰਿਆ ਹਾਂ ਪਹਿਲੀ ਵਾਰ 'ਚ ਆਪਾਂ ਨੂੰ ਖਦਸ਼ਾ ਜਿਹਾ ਹੁੰਦਾ ਵੀ ਕਿਤੇ ਅੱਧਾ ਉੱਗਰੇ ਨਾ ਉੱਗਰੇ ਵੱਧ ਪਾ ਲਿਆ ਹਾਂਜੀ ਔਰ ਜਿਹੜਾ ਹੈਗਾ ਸੀ 17 ਅਪ੍ਰੈਲ ਨੂੰ ਕਣਕ ਵੱਢੀ ਸੀ ਠੀਕ ਹੈ ਜੀ ਔਰ ਜਿਹੜਾ 65 ਮਣ 19 ਕਿਲੋ ਝਾੜ ਹੋਇਆ ਸੀ ਮਲਚਿੰਗ ਵਾਲੀ ਦਾ ਠੀਕ ਹੈ ਜੀ ਵੱਟ ਦੇ ਨਾਲ ਅਸੀਂ ਜਿਹੜਾ ਹੈਗਾ ਮਤਲਬ ਆਪਣੇ ਹੈਪੀ ਸੀਡਰ ਨਾਲ ਬੀਜੀ ਸੀ ਠੀਕ ਹੈ ਜੀ ਉਹ ਜਿਹੜਾ ਹੈਗਾ 17 ਨਵੰਬਰ ਨੂੰ ਬੀਜੀ ਸੀ ਠੀਕ ਹੈ ਜੀ ਉਹਦਾ ਬੀਜ ਜਿਹੜਾ ਹੈਗਾ ਸੇਮ ਹੀ ਸੀਗਾ ਬੀਜ ਦੀ ਅਸੀਂ ਉਹਦਾ ਨਹੀਂ ਘਟਾਇਆ ਸੀ ਠੀਕ ਹੈ ਸੇਮ ਡੇ ਵੱਢੀ ਸੀਗੀ ਉਹ 56 ਮਣ ਤੇ 25 ਕਿਲੋ ਨਿਕਲੀ ਸੀ ਇਹਨਾਂ ਡਿਫਰੈਂਸ ਦੀ ਲਗਭਗ ਮਾਕੋ ਇਹ ਭਾਰੀ ਪੈ ਗਈ ਉਹ ਤੇ ਇਹ ਭਾਰੀ ਪੈ ਗਈ ਠੀਕ ਹੈ ਜੀ ਤੇ ਇਸ ਵਾਰ ਫਿਰ ਕਿੰਨੇ ਏਰੀਏ ਚ ਲਾ ਦੀ ਐਤਕੀ 3.5 ਏਕੜ ਲਾਈ ਹੈ ਜੀ ਠੀਕ ਹੈ ਜੀ ਤਾਂ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਾਂ ਵੀ ਪਿਛਲੀ ਵਾਰ ਨਾਲ ਪਰਾਲੀ ਘੱਟ ਹੈ ਠੀਕ ਹੈ ਜੀ ਅਸੀਂ ਬੀਜ ਦੀ ਮਾਤਰਾ ਵੀ 5 ਕਿਲੋ ਘਟਾਈ ਹੈ ਠੀਕ ਹੈ ਜੀ ਉਹ ਵੀ ਚਲੋ ਕਈ ਵਾਰੀ ਕੋਈ ਹਲਕਾ ਫੁਲਕਾ ਕਿਤੇ ਜਗ੍ਹਾ ਨੰਗੀ ਰਹਿ ਗਈ ਉਹਦੇ ਕਰਕੇ ਅਸੀਂ 50 ਕਿਲੋ ਬੀਜ ਪਾਇਆ ਠੀਕ ਹੈ ਜੀ ਐਤਕੀ ਜਿਹੜਾ ਹੈਗਾ 16 ਤਰੀਕ ਨੂੰ ਬੀਜੀ ਸੀ 17 ਨੂੰ ਪਾਣੀ ਲੱਗਿਆ ਠੀਕ ਹੈ ਜੀ ਤੁਸੀਂ ਤੇ ਤਜਰਬਾ ਕਰ ਲਿਆ ਥੋੜੇ ਥਾਂ 'ਚ ਪਿਛਲੀ ਵਾਰ 1 ਕਿੱਲਾ ਲਾਇਆ ਸੀ ਹਾਂਜੀ ਹਾਂਜੀ ਇਸ ਵਾਰ ਕਿੰਨੇ ਲਾਤਾ 3.5 ਕਿੱਲੇ 3.5 ਏਕੜ ਤੇ ਤੁਹਾਨੂੰ ਦੇਖ ਕੇ ਹੋਰ ਵੀਰਾਂ ਨੇ ਲਾ ਲਿਆ ਉਹਨਾਂ ਨੂੰ ਯਕੀਨ ਆ ਗਿਆ ਵੀ ਤੁਹਾਡੇ ਇਹਦਾ ਇੰਨਾ ਕੁ ਝਾੜ ਆ ਜਾਂਦਾ ਅਸੀਂ ਘਰੇ ਵੱਖਰੀ ਰੱਖੀ ਵੱਖਰੀ ਤੋਲੀ ਹੈ ਠੀਕ ਹੈ ਪਹਿਲਾਂ ਤਾਂ ਇੱਕ ਚੀਜ਼ ਛੋਟੀ ਜਿਹੀ ਹੋਰ ਦੱਸਦੇ ਹੋਰ ਦੂਸਰੇ ਫਾਰਮਰ ਨੂੰ ਵੀ ਫਾਇਦਾ ਹੋਊਗਾ ਜਦੋਂ ਅਸੀਂ ਇਹ ਬੀਜਣ ਲੱਗੇ ਹਾਂ ਜਿਹੜੇ ਦਿਨ ਬੀਜੀ ਸੀ ਤਾਂ ਮੈਨੂੰ ਘਰੋਂ ਬਹੁਤ ਸ਼ਾਬਾਸ਼ੇ ਮਿਲੀ ਸੀਗੀ ਵੀ ਤੂੰ ਆਹ ਨਵਾਂ ਪੰਗਾ ਖੜਾ ਕਰਤਾ ਕਣਕ ਤੋਂ ਰੱਖੇਗਾ ਠੀਕ ਹੈ ਰਜਮੀਆਂ ਗਾਲਾਂ ਮਿਲੀਆਂ ਸੀ ਪੰਜਾਬੀ 'ਚ ਠੀਕ ਹੈ ਤਾਂ ਚਲੋ ਮੈਂ ਕੰਨਾਂ 'ਚ ਕੌੜਾ ਤੇਲ ਪਾਇਆ ਵੀ ਇਹ ਤਾਂ ਚੱਲਣ ਤਾਂ ਦੇਖੀ ਜਾਊਗੀ ਨਹੀਂ ਤਾਂ ਨਾ ਤਾਂ ਪੱਕੀ ਹੈ ਜੇ ਹੋਊਗੀ ਤਾਂ ਬੱਲੇ ਬੱਲੇ ਹੈ ਠੀਕ ਹੈ ਜੀ ਤੇ ਐਤਕੀ ਕਣਕ ਬੀਜਣ ਦੀ ਹਜੇ ਮਤਲਬ ਕਿ ਗੱਲਬਾਤ ਹੀ ਚੱਲ ਰਹੀ ਸੀ ਤੇ ਮੈਨੂੰ ਫਾਦਰ ਸਾਹਿਬ ਕਹਿੰਦੇ ਫਿਰ ਐਤਕੀ ਕਿਵੇਂ ਕਰਨਾ ਮੈਂ ਕਿਹਾ ਵੀ ਜਿਵੇਂ ਪਿਛਲੇ ਕਿਹੜੇ ਬੀਜੀ ਸੀ ਆਪਾਂ ਬੀਜਾਂਗੇ ਤਾਂ ਉਵੇਂ ਤੂੰ ਵੀ ਕਰਾਂਗੇ ਹਾਂਜੀ ਤਾਂ ਝਾੜ ਦਾ ਡਿਫਰੈਂਸ ਸੀ ਬਾਕੀ ਖਰਚੇ ਦਾ ਡਿਫਰੈਂਸ ਬਹੁਤ ਹੈਗਾ ਹੁਣ ਮੇਰੇ ਨਾਲ ਜਿਹੜੇ ਇੱਥੇ ਦੇਖੀ ਤਾਂ ਹਾਈਬ੍ਰਿਡ ਝੋਨੇ ਲੱਗੇ ਹੋਏ ਸੀਗੇ ਉਹਨਾਂ ਨੇ ਮੇਰੇ ਤੋਂ ਪਹਿਲਾਂ ਵੱਢ ਲਿਆ ਮੈਨੂੰ 2 ਵਾਰੀ ਝੋਨਾ ਲਾਉਣਾ ਪਿਆ ਚਲੋ ਬਾਰਿਸ਼ਾਂ ਦੇ ਕਰਕੇ ਖਰਾਬ
ਤਾਂ ਕਣਕ ਦੇ ਵਿੱਚ ਮੈਨੂੰ ਲੱਗਦਾ ਮੈਂ ਲੇਟ ਨਹੀਂ ਹੋਇਆ ਤਾਂ ਜੇ ਮੈਂ ਇਸ ਨੂੰ ਮਤਲਬ ਕਿ ਵੀ ਅੱਗ ਲਾ ਕੇ ਜਾਂ ਵਾਹ ਕੇ ਰੌਣੀ ਕਰਦੇ ਤਾਂ ਉਹ ਮਹੀਨਾ ਗੈਪ ਪਾਉਣ ਦਾ ਕੋਈ ਆਈਡੀਆ ਨਹੀਂ। ਸਹੀ ਹੈ ਜੀ। ਕਿਸਾਨ ਭਰਾਵੋ, ਬੀਜ ਖਾਦ ਦਾ ਖਰਚਾ ਸੇਮ ਹੀ ਆਉਂਦਾ, ਕਣਕ ਕਿਵੇਂ ਮਰਜ਼ੀ ਬੀਜ ਲਈਏ, ਅੱਗ ਲਾਈਏ ਨਾ ਲਾਈਏ, ਪਲੋ ਕਰੀਏ ਹੈਪੀ ਸੀਡਰ ਨਾਲ ਸੁਪਰ ਸੀਡਰ ਨਾਲ, ਜਿਵੇਂ ਮਰਜ਼ੀ ਕਰ ਲਈਏ, ਝਾੜ ਆਪਣਾ ਏਰੀਏ ਮੁਤਾਬਕ ਫਸਲ ਦੀ ਸਾਂਭ ਸੰਭਾਲ ਅਤੇ ਮੌਸਮ 'ਤੇ ਜ਼ਿਆਦਾ ਡਿਪੈਂਡ ਕਰਦਾ। ਪਰ ਜਿਹੜਾ ਵੀਰ ਨੇ ਤਜਰਬਾ ਸਾਂਝਾ ਕੀਤਾ ਆਪਣੇ ਨਾਲ, ਉਹ ਵੀ ਕੋਈ ਛੋਟਾ ਨਹੀਂ ਹੈਗਾ, ਕਿਉਂਕਿ ਇਹਦੇ ਵਿੱਚ ਖਰਚਾ ਜ਼ਿਆਦਾ ਨਹੀਂ ਹੋਇਆ, ਝਾੜ ਵਧਿਆ ਸੀ ਇਹਨਾਂ ਦਾ ਪਿਛਲੀ ਵਾਰ, ਇਸ ਵਾਰ ਝਾੜ ਆਉਂਦਾ, ਇਹ ਕੋਈ ਲਿਖਿਆ ਨਹੀਂ ਹੈਗਾ ਵੀ ਵੱਧ ਆਊਗਾ ਜਾਂ ਘੱਟ ਆਊਗਾ, ਪਰ ਇੰਨੀ ਕੁ ਸ਼ਿਓਰਿਟੀ ਜ਼ਰੂਰ ਹੈਗੀ ਆ ਵੀ ਇਹ ਤਰੀਕਾ ਕਾਮਯਾਬ ਆ, ਕਿਉਂਕਿ ਤੁਸੀਂ ਵੀ ਇਹਤੋਂ ਸੇਧ ਲੈ ਸਕਦੇ ਹੋ। ਜਿਨ੍ਹਾਂ ਵੀਰਾਂ ਨੇ ਇਹਨਾਂ ਦੀ ਕਣਕ ਪਹਿਲਾਂ ਦੇਖੀ, ਇਸ ਵਾਰ ਉਹਨਾਂ ਨੂੰ ਦੇਖ ਕੇ ਵਧਾ ਲਿਆ, ਉਹਨਾਂ ਵੀਰਾਂ ਨੇ ਵੀ ਸੇਧ ਲਈ ਆ, ਅਤੇ ਜਿਹੜਾ ਪਿਛਲੀ ਵਾਰ ਦਾ ਤੁਸੀਂ ਝਾੜ ਦੇਖ ਕੇ ਇਸ ਵਾਰ ਰਕਬਾ ਵਧਾਇਆ, ਇਸ ਵਾਰ ਬੀਜ ਕਿੰਨਾ ਰੱਖਿਆ ਕਣਕ ਦਾ? ਬੀਜ ਐਤਕੀ 50 ਕਿਲੋ ਪਾਇਆ ਜੀ, ਪਿਛਲੀ ਵਾਰ ਵੱਧ ਪੈ ਗਿਆ ਸੀ, ਘਟਾਇਆ ਬੀਜ। ਠੀਕ ਹੈ ਜੀ। ਬੀਜ ਤਾਂ ਮੈਂ ਕਹਿੰਦਾ ਵੀ ਜਿਹਦੇ ਕੋਲ, ਮੇਰੇ ਤੋਂ ਇਹ ਸੀਗਾ ਰੀਜ਼ਨ ਵੀ ਪਰਾਲੀ ਘੱਟ ਸੀ, 5 ਕਿਲੋ ਵੀ ਜਾਂ 10 ਕਿਲੋ ਐਕਸਟਰਾ ਮੰਨ ਕੇ ਚੱਲੋ ਵੀ 40 ਪਾਉਣਾ ਸੀ, 50 ਪੈ ਗਿਆ। ਬਟ ਜਿਹਨਾਂ ਕੋਲ ਮੰਨ ਲਓ ਵੀ ਪਰਾਲੀ ਜ਼ਿਆਦਾ ਹੈ, ਉਹ ਮੈਂ ਕਹਿਣਾ ਵੀ 40 ਕਿਲੋ ਬੀਜ ਸਫੀਸ਼ੀਐਂਟ ਹੈ, ਬਾਕੀ ਏਰੀਆ ਟੂ ਏਰੀਆ ਜਾਂ ਆਪਣੇ ਮਤਲਬ ਕਿ ਡਿਪੈਂਡ ਕਰਦਾ ਹੈ ਕਿੰਨਾ ਪਾਉਂਦੇ ਆ। ਠੀਕ ਹੈ ਜੀ। ਕਿਸਾਨ ਭਰਾਵੋ, ਅਕਸਰ 2-3 ਮਹੀਨੇ ਜਿਹੜੇ ਸਾਲ ਦੇ ਵਿੱਚ ਐਸੇ ਆ ਜਿਹਨਾਂ 'ਚ ਸਵਾਲ ਜਵਾਬ ਜ਼ਿਆਦਾ ਹੁੰਦੇ ਆ, ਕਿਸੇ ਵੀ ਫਸਲ ਨੂੰ ਬੀਜਣ ਵੇਲੇ ਆਪਾਂ ਵਰਾਇਟੀ ਡਿਸਾਈਡ ਕਰੀਏ, ਇਹ ਗਲਤ ਗੱਲ ਆ, ਇਹ ਅਧੂਰੀ ਗੱਲ ਆ, ਇਹ ਨਾਕਾਮੀ ਇਹ ਆਪਣੇ ਜੇਬ ਦੇ ਵਿੱਚੋਂ ਪੈਸੇ ਲਟਾਉਣ ਵਾਲੀ ਗੱਲ ਆ। ਜਿਵੇਂ ਇਸ ਵਾਰ DBW 187 ਦਾ ਰੌਲਾ ਪਿਆ ਕਿ ਮੈਨੂੰ ਦਵਾ ਦਿਓ ਜੀ, ਮੈਂ ਸਾਰੇ ਕਿੱਲੇ ਲਾਉਣੇ ਆ, ਮੈਨੂੰ ਸਾਰਾ ਬੀਜ ਚਾਹੀਦਾ, ਮੈਨੂੰ ਜਿੱਥੋਂ ਮਰਜ਼ੀ ਮਿਲੇ ਮੈਂ ਬੀਜ ਲੈ ਲੂੰਗਾ, ਬੀਜ ਦੀ ਕੋਈ ਬਿੱਲ ਨਹੀਂ ਦੇ ਰਿਹਾ, ਕੋਈ ਗਰੰਟੀ ਨਹੀਂ ਕਰ ਰਿਹਾ। ਪਰ ਜਿਵੇਂ ਜਿਵੇਂ ਹੁਣ ਤੁਸੀਂ ਇਹ ਤਜਰਬਾ ਸੁਣਿਆ ਵੀਡੀਓ ਰਾਹੀਂ ਦੇਖਿਆ, ਅਪ੍ਰੈਲ ਦੇ ਅੱਧ ਅਪ੍ਰੈਲ ਤੱਕ ਆਪਣੇ ਵਾਢੀ ਹੁੰਦੀ ਹੈ ਇਸ ਏਰੀਏ ਦੇ ਵਿੱਚ, ਜਦੋਂ ਮਰਜ਼ੀ ਤੁਸੀਂ ਆ ਕੇ ਵੀਰ ਦਾ ਖੇਤ ਦੇ ਸਕਦੇ ਹੋ, ਪਿੰਡ ਡੱਬਵਾਲੀ ਦੇ ਨਾਲ ਕਿੱਲਿਆਂ ਵਾਲੀ ਪਿੰਡ ਹੈਗਾ ਗਾ, ਕਿਉਂਕਿ ਇਹ ਤਜਰਬਾ ਇੱਕ ਤਾਂ ਤੁਹਾਡੇ ਆਜੂਗਾ ਧਿਆਨ ਦੇ ਵਿੱਚ, ਇੱਕ ਜਿਹੜੀਆਂ ਇਸ ਵਾਰ ਵਰਾਇਟੀਆਂ ਟੌਪ ਕਰਨਗੀਆਂ ਤੁਹਾਨੂੰ ਉਹਨਾਂ ਨੂੰ ਐਨਲਿਸਟ ਕਰਨਾ ਪਊ, ਰਿਕਾਰਡ ਉਹਨਾਂ ਦੇਖਣਾ ਪਊ, ਕਿਹੜੇ ਕਿਸਾਨ ਵੀਰ ਨੇ ਨਵੀਂ ਵਰਾਇਟੀ ਲਾਈ ਹੈ ਅਤੇ ਉਹ ਕੀ ਝਾੜ ਦੇ ਕੇ ਜਾਂਦੀ ਹੈ, ਕੀ ਉਹ ਦਿੱਖ ਬਣਦੀ ਹੈ, ਕੀ ਉਹਦੇ ਵਿੱਚ ਤੂੜੀ ਨਿਕਲਦੀ ਆ। ਪਰ ਜਦੋਂ ਇਸ ਵਾਰ ਹੁਣ ਝੋਨੇ ਦਾ ਸੀਜ਼ਨ ਖਤਮ ਹੋ ਗਿਆ, ਜਿਹੜੇ ਵੀਰ ਹਿੰਮਤੀ ਆ ਉਹਨਾਂ ਨੇ ਬੀਜ ਦਾ ਪ੍ਰਬੰਧ ਵੀ ਗਾਹਾਂ ਵਾਲਾ ਹੁਣੀ ਕਰ ਲਿਆ, ਅਤੇ ਉਹਨਾਂ ਨੇ ਫੇਲ ਪਾਸ ਵੀ ਕਰ ਲਿਆ ਵੀ ਇਸ ਵਾਰ ਕਿਹੜੀ ਵਰਾਇਟੀ ਝਾੜ ਦੇ ਕੇ ਗਈ ਹੈ ਜਾਂ ਕਿਹੜੀ ਵਰਾਇਟੀ ਫੇਲ ਹੋ ਕੇ ਗਈ ਹੈ। ਏਰੀਏ ਮੁਤਾਬਕ ਇਹ ਚੀਜ਼ਾਂ ਅਲੱਗ ਅਲੱਗ ਹੁੰਦੀਆਂ, ਕਿਸੇ ਵੀ ਆਪਾਂ ਸਾਰੇ ਪੰਜਾਬ ਨੂੰ ਜਾਂ ਸਾਰੀ ਨੌਰਥ ਇੰਡੀਆ ਨੂੰ ਇੱਕ ਤੱਕੜੀ 'ਚ ਪਾ ਕੇ ਨਹੀਂ ਤੋੜ ਸਕਦੇ। ਪਰ ਜਿੰਨੀ ਕੁ ਵੀਰ ਨੇ ਜਾਣਕਾਰੀ ਸਾਂਝੀ ਕਰੀ ਹੈ, ਮੈਨੂੰ ਲੱਗਦਾ ਤੁਹਾਨੂੰ ਚੰਗੀ ਲੱਗੀ ਹੋਊ, ਹੋਰ ਵੀਰਾਂ ਨਾਲ ਜ਼ਰੂਰ ਸਾਂਝੀ ਕਰਿਓ। ਅਤੇ ਵੀਰ ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।